ਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਕਹਾਣੀ ਸੰਸਾਰ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਅੱਜ ਕਹਾਣੀਕਾਰ ਅਜਵੀਰ ਸਿੰਘ ਔਲਖੋਰਾ ਦੀ ਬਹੁਤ ਖੂਬਸੂਰਤ ਕਹਾਣੀ ਮੰਜੇ ਦੀ ਬਾਹੀ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਪੁਰਾਣੇ ਵੇੜਿਆਂ ਦੇ ਵਿੱਚ ਆਮ ਵਰਤਾਰੇ ਦੇ ਨਾਲ ਜੁੜੀ ਹੋਈ ਇਹ ਕਹਾਣੀ ਹੈ ਮੈਂ ਆਖ ਸਕਦਾ ਕਿ ਪੁਰਾਣੇ ਵੇੜਿਆਂ ਦਾ ਇਹ ਨੰਗਾ ਤੇ ਕੌੜਾ ਸੱਚ ਹੈ ਕਹਾਣੀ ਮੰਜੇ ਦੀ ਬਾਹੀ ਗੱਲ ਕੇਰਾ ਮੂਹੋ ਨਿਕਲੇ ਸਹੀ ਫਿਰ ਆਖੂ ਤੂੰ ਕੌਣ ਤੇ ਮੈਂ ਕੌਣ ਤੇ ਗੱਲ ਕੋ ਝੂਠੀ ਵੀ ਨਹੀਂ ਸੀ ਪੰਜਾਹਾਂ ਨੂੰ ਪੁੱਜਿਆ ਗੱਜੂ ਕਾਣਾ ਮੁੱਲ ਦੀ ਤੀਮੀ ਰੌਣ ਲੱਗਿਆ ਸੀ ਗੱਜੂ ਦੀ ਪਰਜਾਈ ਸੰਤੋ ਨੇ ਸੁਣਿਆ ਉਹਦੇ ਤਾਂ ਜਿਵੇਂ ਸਾਹੀ ਸੂਤੇ ਗਿਆ ਹੁਣ ਮਰਵੇ ਗੱਜੂ ਬੰਦਿਆ ਤੇਰਾ ਬਹਿ ਜੇ ਬੇੜਾ ਬੇੜਾ ਬੈਠੇ ਚਾਹੇ ਤਰੇ ਗੱਜੂ ਨੇ ਆਪਣੇ ਛੋਟੇ ਪ੍ਰਾਸ ਸੱਜਣ ਨੂੰ ਸੌਦੀ ਇੱਕ ਸੁਣਾਤੀ ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਸੱਜਣ ਦੂਰ ਦੀ ਸੋਚਣ ਵਾਲਾ ਬੰਦਾ ਸੀ ਉੰਤ ਵੀ ਸੁਭਾ ਦਾ ਕੋਲਾ ਸੁਣ ਕੇ ਚੋ ਪਰਿਆ ਇੱਕ ਦੋ ਬੰਦੇ ਉਸ ਨੇ ਵਿੱਚ ਦੀ ਛੁੱਟੇ ਵੀ ਪਰ ਗੱਜੂ ਗੱਜੂ ਤਾਂ ਪੈਰਾ ਤੇ ਪਾਣੀ ਨਹੀਂ ਸੀ ਪੈਣ ਦਿੰਦਾ ਅਖੇ ਮੇਰਾ ਨਹੀਂ ਜੀ ਕਰਦਾ じゃ ਕਿਤੇ ਬੂਟਾ ਲਾਉਣ ਨੂੰ ਆਸਲ ਵਿੱਚ ਗੱਲ ਗਾਂ ਖਾਸੀ ਤੁਰਗੀ ਸੀ ਗੱਜੂ ਨੇ ਨੰਤ ਬਗਾਲੀ ਦੇ ਰਾਹੀ ਧਨੌਲੇ ਕੰਨੀ ਇੱਕ ਤੀਮੀ ਦਾ ਸੌਦਾ ਪੱਕਾ ਕਰ ਛੱਡਿਆ ਸੀ ਸਿਰਫ ਰਕਮ ਤਾਰਨੀ ਬਾਕੀ ਸੀ ਚੌਦਾ ਉਹ ਇਹ ਸੀ ਵੀ ਤੀਮੀ ਲਿਆਉਣ ਤੋਂ ਪਹਿਲਾਂ-ਪਹਿਲਾਂ ਮਾੜਾ-ਮੋਟਾ ਘਰ ਘਾਟ ਦਾ ਬੰਨ ਸੁਭ ਕਰ ਲੈ ਤੇ ਚਾਰ ਕਿੱਲੇ ਭੋਏ ਉਸ ਨੂੰ ਆਉਣੀ ਸੀ ਇੱਕ ਕਿਲਾ ਗਹਿਣੇ ਪਾਉਣਾ ਤੇ ਉਸ ਜੇਠੂ ਬਾਣੀਆਂ ਨਾਲ ਉਹਨੇ ਪੱਕਾ ਵੀ ਕਰ ਲਿਆ ਸੀ 3000 ਚ 1600 ਦੀ ਤੀਮੀ ਬਾਕੀ ਘਰ ਦਾ ਲਕਾ-ਤੁਕਾ ਕਿਹੜਾ ਜ਼ਮੀਰ ਵੱਡੀ ਜਾਵੇ ਘਰ ਤਾਂ ਵੱਡੇ ਹੀ ਪਿਆ ਉਛਲ ਸੱਜਣ ਦੀ ਚਾਹੇ ਅੰਦਰਲਾ ਰੱਖ ਲੇ ਤੇ ਚਾਹੇ ਬਾਹਰਲਾ ਜਦੋਂ ਕੋਈ ਵਾਹ ਨਾ ਗਈ ਸੱਜਣ ਬਾਹਰਲੇ ਘਰ ਜਾ ਕੇ ਗੱਜੂ ਦੇ ਪੈਰੀਂ ਪੈ ਗਿਆ ਆ ਦੇਖ ਬਾਈ ਤੇਰੇ ਪੈਰੀਂ ਪੱਗ ਧਰਦਾ ਆਪਣੇ ਘਰ ਦੀ ਇੱਜ਼ਤ ਰੱਖ ਜੇ ਤੂੰ ਅੱਡ ਹੋਣਾ ਹੀ ਸੀ ਤਾਂ ਮੇਰਾ ਵਿਆਹ ਕਾਹਨੂੰ ਕਰਨਾ ਸੀ ਰੱਬ ਦੀ ਕਿਰਪਾ ਨਾਲ ਆਪਣੀ ਜੜ ਲੱਗੀ ਹੋਈ ਐ ਮੇਰੇ ਜਵਾਕ ਹੋਏ ਕਿ ਤੇਰੇ ਹੋਏ ਇੱਕੋ ਹੀ ਤਾਂ ਗੱਲ ਐ ਸ਼ਾਂਤੀ ਵੀ ਕਦੇ ਤੈਨੂੰ ਉਹ ਇਹ ਕਰਕੇ ਨਹੀਂ ਬੋਲੀ ਨਾਲੇ ਮੋਲ ਦੀ ਟੀਮੀ ਦਾ ਕੀ ਪਤਾ ਹੁੰਦਾ ਅੱਜ ਇੱਥੇ ਤੇ ਕੱਲ ਉੱਥੇ ਪਰ ਗੱਜੂ ਦਾ ਇਹਨਾਂ ਗੱਲਾਂ ਦਾ ਕੋਈ ਅਸਰ ਹੋਈ ਨਹੀਂ ਸਿਰਹਾ ਗੱਜੂ ਤੇ ਤੈਨਾ ਹੀ ਹੋਣ ਵਾਲਾ ਸੀ ਸੱਜਣ ਨੂੰ ਉਸਨੇ ਇੱਕੋ ਗੱਲ ਨਾਲ ਚੁੱਪ ਕਰਾਦਾ ਮੋਲ ਦੀ ਟੀਮੀ ਦਾ ਦੁੱਖ ਹੋਊ ਉਹ ਮੈਨੂੰ ਹੋਊ ਮੈਂ ਝੱਲ ਲੂੰ ਪਰ ਸੱਜਣਾ ਜ਼ਮੀਨ ਤਾਂ ਤੈਨੂੰ ਵੰਡਣੀ ਪਊ ਭਾਈ ਭਲਾ ਪੰਨ ਨਾਲ ਵੰਡ ਦੇਗਾ ਤੇਰੀ ਸ਼ਾਵਾਸ਼ੇ ਲੋਕ ਤਮਾਸ਼ਾ ਦਿਖਾਉਣਾ ਹੈ ਤਾਂ ਤੇਰੀ ਮਰਜ਼ੀ ਸਜਣਾ ਪਰਨੇ ਨਾਲ ਅੱਖਾਂ ਪਹੁੰਚ ਕੇ ਅੰਦਰਲੇ ਘਰ ਨੂੰ ਤੁਰ ਪਿਆ ਉਹ ਸੋਚਦਾ ਸੀ ਚਾਰ ਕਿੱल्ल्या ਦੇ ਸਿਰ ਤੇ ਤਾਂ ਉਹਦੇ ਇੱਕ ਵੀ ਮੁੰਡੇ ਨੂੰ ਸਾਖ ਨਹੀਂ ਹੋਣਾ ਚੰਗੀ ਭਲੀ ਕਬੀਲਦਾਰੀ ਦੀ ਗੱਡੀ ਰੁੜੀ ਜਾ ਰਹੀ ਸੀ ਆ ਵਿੱਚ ਭੈਣ ਦੇਣ ਦਾ ਹੋਰੀਫਾਨਾ ਫਸਿਆ ਪਰ ਸਜਣ ਇਹ ਵੀ ਜਾਣਦਾ ਸੀ ਬਈ ਜਿਹੜਾ ਇਹ ਫਾਨਾ ਨਾ ਇਹ ਆਪਣੇ ਆਪ ਨਹੀਂ ਆ ਕੇ ਫਸਿਆ ਸਗੋਂ ਸੰਤੋ ਨੇ ਫਸਾਇਆ ਉਹਨੇ ਗੱਲ ਨਹੀਂ ਬਾਤ ਨਹੀਂ ਸੰਤੋ ਨੂੰ ਕਈ ਵਾਰੀ ਆਖਿਆ ਵੀ ਸੀ ਇਸ ਕਾਣੇ ਦਾ ਵਿਗੜਦਾ ਪਤਾ ਨਹੀਂ ਲੱਗਦਾ ਤੂੰ ਇਹਨੂੰ ਪਲੋਸ ਪਲਾਸ ਕੇ ਰੱਖਿਆ ਕਰ ਪਰ ਸੰਤੋ ਨੇ ਜੇਦ ਨਾ ਛੱਡੀ ਮਰਨੀ ਮਰ ਜੂ ਪਰ ਮੈਂ ਜੇਠ ਨੂੰ ਮੰਜੇ ਦੀ ਬਾਹੀ ਤੇ ਨਹੀਂ ਬੈਠਣ ਦੇਣਾ ਸੱਜਣ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹਨਾਂ ਦਾ ਘਰ ਵਸਾਉਣ ਦੇ ਵਿੱਚ ਗੱਜੂ ਦਾ ਹੱਥ ਸੀ ਸੱਜਣ ਤਾਂ ਉਦੋਂ ਅਜੇ ਡੰਗਰ ਚਾਰਦਾ ਹੁੰਦਾ ਸੀ ਜਦੋਂ ਉਹਨਾਂ ਦਾ ਪਿਓ ਲਾਂਗੇ ਦਾ ਗੱਡਾ ਲੱਦਦਾ ਡਿੱਕੇ ਮਰ ਗਿਆ ਸੀ ਪੰਜ ਕੁ ਸਾਲਾਂ ਬਾਅਦ ਕੁਆਰੇ ਪੁੱਤਾਂ ਦਾ ਝੋਰਾ ਕਰਦੀ ਕਰਦੀ ਉਹਨਾਂ ਦੀ ਮਾਂ ਵੀ ਮੰਜੇ ਨਾਲ ਅੱਡੀਆਂ ਰਕੜਦੀ ਰਕੜਦੀ ਤੁਰਦੀ ਸੀ ਗੱਜੂ ਤੇ ਆ ਪਿਆ ਸੀ ਸਾਰਾ ਪਾਰ ਦੋ ਭੈਣਾ ਬੁਈਓ ਤੋਰੀਆਂ ਸੱਜਣੋਂ ਭਾਈ ਨਹੀਂ ਪੁੱਤਾਂ ਵਾਂਗੂ ਪਾਲਿਆ ਤੇ ਫਿਰ ਵੱਡਾ ਕੀਤਾ ਫਿਰ ਇੱਕ ਵੱਡੀ ਕੁਰਬਾਨੀ ਹੋਰ ਸੱਜਣ ਦਾ ਹੀ ਵਿਆਹ ਕੀਤਾ ਜੱਟ ਦੇ ਪੁੱਤ ਨੂੰ ਚਾਰ ਕਿੱल्ल्या ਤੇ ਕਿਹੜਾ ਕੁੜੀ ਦਿੰਦਾ ਉਹ ਗੱਦ ਜੂਨੇ ਸੋਚਿਆ ਉਸ ਨੂੰ ਤਾਂ ਸਾਖ ਹੋ ਰਿਹਾ ਇੱਕ ਤਾਂ ਰੱਬ ਨੇ ਉਂਝ ਵੱਜੋ ਬੱਤਾ ਬਣਾਤਾ ਦੂਜੇ ਉਮਰ ਪੱਖੋਂ ਵੀ 35 36 ਦਾ ਹੋ ਚੱਲਿਆ ਸੀ ਚਲੋ ਭਾਈ ਤਾਂ ਕੁਆਰਾ ਨਾ ਰਹੇ ਉਹਨੇ ਬਾਰੂਕੇ ਸੀਤੇ ਨਾਲ ਗੱਲ ਕੀਤੀ ਦੇਖ ਸੀਤਾ ਸਿਆਂ ਮੈਂ ਤਾਂ ਵਿਆਹ ਨਹੀਂ ਕਰਾਉਣਾ 나ਈ ਮੈਨੂੰ ਸਾਖ ਹੋਣਾ ਐ ਅੱਠ ਕਿੱਲੇ ਸੱਜਣ ਨੂੰ ਮੁੱਕਦੇ ਐ ਬਥੇਰੇ ਐ ਤੂੰ ਘਰ ਫੇਰ ਪੁਰਨਾ ਆਪਣੀ ਸਾਲੀ ਦਾ ਸਾਖ ਲਿਆ ਐਨੇ ਨਾਲ ਸਾਡਾ ਵੀ ਜੱਗ ਵਿੱਚ ਸੀਰ ਪੈਜੂ ਸੀਤੇ ਨੂੰ ਵੀ ਗੱਲ ਜੱਜ ਗਈ ਤੇ ਉਹਨੇ ਸੱਜਣ ਨੂੰ ਸਾਖ ਕਰਵਾ ਕੇ 2 ਮਹੀਨਿਆਂ ਦੇ ਅੰਦਰ ਅੰਦਰ ਆਪਣੀ ਸਾਲੀ ਸੰਤੋ ਉਹਨਾਂ ਦੇ ਘਰ ਲਿਆ ਬਿਠਾਈ ਸੀ ਸੱਜਣ ਦੇ ਵਿਆਹ ਦੀ ਖੁਸ਼ੀ ਗੱਜੂ ਨੇ ਇੰਜ ਮਨਾਈ ਇੰਜ ਮਰਾਈ ਜਿਵੇਂ ਉਹਦਾ ਆਪਣਾ ਹੀ ਵਿਆਹ ਹੋਇਆ ਹੋਵੇ ਜੱਟ ਦਾ ਇੱਕ ਪੁੱਤ ਵਿਆਹਿਆ ਜਾਵੇ ਸਮਝੋ ਸਾਰੇ ਵਿਆਹ ਹੈਗੇ ਇੱਕ ਕਿਲਾ ਗਹਿਣੇ ਰੱਖ ਕੇ ਉਸਨੇ ਸੰਤੋ ਲਈ ਮੂੰਹ ਸਰਦੀਆਂ ਸਾਰੀਆਂ ਟੂਮਾ ਬਣਾਈਆਂ ਸੰਤੋ ਵੀ ਮੂੰਹ ਮੱਥੇ ਲੱਗਣ ਵਾਲੀ ਤੀਵੀ ਸੀ ਆਉਂਦੀਆਂ ਹੀ ਉਹਨੇ ਘਰ ਦੀ ਖਿਲਰੀ ਹੋਈ ਕਬੀਲਦਾਰੀ ਰਸਾ ਪਾਲਿਆ ਉਤੋਂ ਚੰਗੇ ਭਾਗਾ ਨੂੰ ਸਾਲ ਦੇ ਅੰਦਰ ਹੀ ਰੱਬ ਨੇ ਚੰਨ ਵਰਗਾ ਮੁੰਡਾ ਉਹਦੀ ਝੋਲੀ ਪਾਤਾ ਦਿਨਾਂ ਵਿੱਚ ਹੀ ਗੱਜੂ ਅਤੇ ਸੱਜਣ ਦੇ ਕਾਦਾ ਰੰਗ ਹੋਰੀ ਹੋ ਗਿਆ ਚੁੰਬਕ ਦੀ ਤਰ੍ਹਾਂ ਸੰਤੋ ਨੇ ਸਾਰੀਆਂ ਬਰਕਤਾਂ ਉਹਨਾਂ ਦੇ ਘਰ ਵੱਲ ਖਿੱਚ ਲੀਆਂ ਸੰਤੋ ਦਿਵਾਲੀ ਉਹ ਉਰੀਆਂ ਗੂਕੂਕਦੇ ਰਹਿੰਦੇ ਦੋਕ ਸਾਲਾਂ ਦੇ ਵਿੱਚ ਹੀ ਉਹਨਾਂ ਨੇ ਗਹਿਣੇ ਪਾਇਆ ਕਿ ਲਾਵੀ ਛੁੜਾ ਲਿਆ ਫੁੱਲਾਂ ਵਰਗੇ ਦਿਨ ਲੰਘਣ ਲੱਗੇ ਸੰਤੋ ਦੀ ਕੁੱਖੋਂ ਇੱਕ ਕੁੜੀ ਤੇ ਇੱਕ ਮੁੰਡਾ ਹੋਰ ਜੰਮੇ ਹੋਰ ਜੱਟ ਨੂੰ ਕੀ ਚਾਹੀਦਾ ਦੁੱਧ ਤੇ ਪੁੱਤ ਇਹ ਦੋ ਚੀਜ਼ਾਂ ਹੀ ਉਹ ਰੱਬ ਕੋਲੋਂ ਮੰਗਦਾ ਪਰ ਅਚਾਨਕ ਫੁੱਲਾਂ ਉੱਤੇ ਖੇਡਦੀ ਕਾਟੂ ਨੂੰ ਇੱਕ ਭੂਤ ਦਿਖਾਈ ਦੇ ਗਿਆ ਤਕਦੀਰ ਨੇ ਗੱਜੂ ਨਾਲ ਇੱਕ ਰਾਤ ਨੂੰ ਨਾਟਕ ਖੇਡਿਆ ਉਸ ਨੂੰ ਸੁਪਨਾ ਆਇਆ ਜਿਵੇਂ ਉਹਦੇ ਨਾਲ ਕੋਈ ਤੀਵੀ ਸੁੱਤੀ ਪਈ ਹੋ ਗਈ ਗੱਜੂ ਬਾਖਰੂ ਬਾਖਰੂ ਕਰਤਾ ਉੱਠ ਖੜਾ ਹੋਇਆ ਆਲੇ ਦੁਆਲੇ ਅੱਖਾਂ ਪਾੜ ਪੜ ਦੇਖਿਆ ਉਸ ਤਾਂ ਕੋਈ ਵੀ ਨਹੀਂ ਸੀ ਅਗਲੇ ਦਿਨ ਸਾਰੀ ਦਿਹਾੜੀ ਇਹ ਸੁਪਨਾ ਗੱਜੂ ਦੇ ਦਿਮਾਗ ਵਿੱਚ ਹੀ ਘੁੰਮਦਾ ਰਿਹਾ ਦਿਨ ਛਿਪਦੇ ਨਾਲ ਹੀ ਉਹਨੂੰ ਫੇਰ ਡਰ ਲੱਗਣ ਲੱਗਿਆ ਕਿ ਕਿਤੇ ਕੱਲ ਵਾਲਾ ਸੁਪਨਾ ਅੱਜ ਰਾਤੀ ਫੇਰ ਨਾ ਆਜੇ ਉਹਨੇ ਆਪਣੇ 6 ਸਾਲ ਦੇ ਭਤੀਜੇ ਮਿੱਠੂ ਨੂੰ ਆਪਣੇ ਨਾਲ ਪਾ ਲਿਆ ਉਸ ਰਾਤ ਉਹਨੂੰ ਉਹ ਸੁਪਨਾ ਤਾਂ ਆਇਆ ਪਰ ਜਿਹੜਾ ਸੁਪਨਾ ਆਇਆ ਉਹ ਉਸ ਨਾਲੋਂ ਵੀ ਅਜੀਬ ਕਿਸਮ ਦਾ ਆਇਆ ਉਹ ਡੇਰੇ ਵਾਲੀ ਟਾਬ ਦੇ ਵਿੱਚ ਨਹਾ ਰਿਹਾ ਸੀ ਤੇੜ ਸਿਰ ਤੇ ਕੱਪੜੇ ਲਾ ਕੇ ਅਲਫ ਨਗਾ ਇੱਕ ਤੀਵੀਂ ਆਈ ਤੇ ਉਹਦੇ ਸਾਰੇ ਕੱਪੜੇ ਚੁੱਕ ਕੇ ਪਰਾਂ ਵਣਾਂ ਚ ਜਾ ਲੁਗੀ ਇਦਾਂ ਮਹੀਨਾ ਵੀ ਦਿਨਾ ਉਸ ਨੂੰ ਇਹੋ ਜਿਹੀ ਸੁਪਨੇ ਆਉਂਦੇ ਰਹੇ ਹਰ ਸੁਪਨੇ ਦੇ ਵਿੱਚ ਕਹਾਣੀ ਤਾਂ ਵੱਖਰੀ ਹੁੰਦੀ ਸੀ ਪਰ ਇੱਕ ਗੱਲ ਸਾਂਝੀ ਹੁੰਦੀ ਸੀ ਟੀਮੀ ਦੇ ਆਉਣ ਦੀ ਗੱਲ ਪਹਿਲੇ 2-3 ਸੁਪਨੇ ਨੇ ਤਾਂ ਗੱਜੂ ਨੂੰ ਕਬਰਾਹਟ ਦਿੱਤੀ ਪਰ ਫਿਰ ਇਹ ਸੁਪਨੇ ਉਹਨੂੰ ਚੰਗੇ ਲੱਗਣ ਲੱਗ ਪਏ ਉਹਨੂੰ ਇਹਦੇ ਵਿੱਚੋਂ ਨਿੱਗ ਜਾਵਣ ਲੱਗਿਆ ਸੱਚੀ ਗੱਲ ਤਾਂ ਇਹ ਹੈ ਕਿ ਜੇ ਹੁਣ ਕਦੀ ਗੱਜੂ ਨੂੰ ਕੋਈ ਸੁਪਨਾ ਨਾ ਆਉਂਦਾ ਤਾਂ ਉਹ ਅਗਲੇ ਦਿਨ ਟੁੱਟਿਆ ਟੁੱਟਿਆ ਆਪਣੇ ਆਪ ਨੂੰ ਮਹਿਸੂਸ ਕਰਦਾ ਰਹਿੰਦਾ ਅਜੀਬ ਗੱਲ ਸੀ ਕਿ ਸੁਪਨੇ ਜਾਂ ਤਾਂ ਉਹਨੂੰ 15-16 ਸਾਲ ਦੀ ਉਮਰ ਤੋਂ ਲੈ ਕੇ 26-27 ਸਾਲ ਦੀ ਉਮਰ ਤੱਕ ਆਏ ਸੀ ਜਾਂ ਜਾਂ ਹੁਣ ਆਉਣ ਲੱਗ ਪਏ ਜਦੋਂ ਉਹ 40 ਤੋਂ ਵੀ ਚਾਰ ਉੱਪਰ ਦਾ ਹੋ ਚੱਲਿਆ ਸੀ ਇੱਕ ਦਿਨ ਹੋਰੀ ਪਾਣਾ ਵਰਤ ਗਿਆ ਦਿਨ ਛਿਪੇ ਮੂਨੇ ਰੇ ਉਹ ਸੁਵੇ ਵੱਲ ਜੰਗਲ ਪਾਣੀ ਗਿਆ ਸਕੂਲ ਵਿੱਚ ਦੀ ਲੰਗਦੇ ਆ ਉਸਨੇ ਇੱਕ ਤੀਵੀ ਤੇ ਇੱਕ ਮਰਦਾ ਝੌਲਾ ਜਾ ਪਿਆ ਉਹਨੂੰ ਮਰਦ ਨੇ ਤੀਵੀ ਨੂੰ ਆਪਣੀ ਹਿੱਕ ਨਾਲ ਕੁੱਟ ਕੇ ਰੱਖਿਆ ਸੀ ਗੱਜੂ ਨੇ ਦੋਵਾਂ ਨੂੰ ਜਾ ਗਿੱਚੂ ਤੋਂ ਨ ਭਲਿਆ ਇਹ ਤਾਂ ਜੇਠੂ ਬਾਣੀ ਦੀ ਵੱਡੀ ਕੁੜੀ ਸ਼ੀਲੋ ਤੇ ਧਰਮੇਤ ਖਾਣ ਦਾ ਮੁੰਡਾ ਕੀਚਰ ਸੀ ਕਿੱਚੇ ਲੋਤੇ ਪੈਰੀ ਪੈਗਾ ਚਾਚਾ ਚਾਚਾ ਹੱਥ ਬਣਾ ਲੈ ਅੱਗੇ ਗੱਲਾਂ ਕਰੀ ਉੜ ਜੋ ਭੈਣ ਦਿਓ ਜੇ ਅੱਗੇ ਨੂੰ ਇਹੋ ਜਿਹਾ ਕੰਮ ਕੀਤਾ ਤਾਂ ਦੇਖ ਲਿਓ ਫਿਰ ਕਹਿਣ ਨੂੰ ਤਾਂ ਗੱਜੂ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਪਰ ਅੰਦਰੋਂ ਇਹ ਸਭ ਕੁਝ ਦੇਖ ਕੇ ਉਹਨੂੰ ਆਪਣੇ ਆਪ ਵੀ ਸੁਹਾਜ ਆਇਆ ਉਸ ਰਾਤ ਉਸ ਨੂੰ ਫਿਰ ਸੁਪਨਾ ਆਇਆ ਸੁਪਨਾ ਪਹਿਲਾਂ ਵਰਗਾ ਹੀ ਸੀ ਪਰ ਇਸ ਵਾਰੀ ਉਸਨੇ ਸੁਪਨੇ ਵਿੱਚਲੀ ਤੀਮੀ ਨੂੰ ਪਛਾਣ ਲਿਆ ਇਹ ਹੋਰ ਨਹੀਂ ਕੋਈ ਇਹ ਤਾਂ ਸੰਤੋ ਸੀ ਉਦੀ ਪਰਜਾਈ ਸੁਪਨਾ ਕਾਦਾ ਆ ਗੱਜੂ ਨੂੰ ਸੱਚੀ ਸੂਲੀ ਤੇ ਟੰਗ ਗਿਆ ਕਦੇ ਉਸ ਨੂੰ ਲੱਗਦਾ ਉਹ ਕੋਈ ਗੁਨਾਹਗਾਰ ਹੈ ਤੇ ਕਦੇ ਉਹ ਆਪਣੇ ਆਪ ਨੂੰ ਗਾਲਾਂ ਕੱਢਣ ਲੱਗ ਪੈਂਦਾ ਏਕ ਹੀ ਹੁੰਦਾ ਜਾ ਰਿਹਾ ਭੈਣ ਦੇ ਅੱਗੇ ਆ ਧੌਲੀ ਦਾੜੀ ਹੁਣ ਤੈਨੂੰ ਕੀ ਚਾਹ ਕੁੱਦਣ ਲੱਗ ਪਿਆ ਤੇ ਕਦੇ ਤੇ ਕਦੇ ਉਹਦੇ ਅੰਦਰ ਅੱਗ ਜੀ ਪੈਦਾ ਹੁੰਦੀ ਉਹਨੂੰ ਲੱਗਦਾ ਉਹ ਉਹਨੂੰ ਸਾੜ ਕੇ ਸੁਆਹ ਕਰ ਦੇਵੇਗੀ ਜਾਂ ਫਿਰ ਉਹਨੂੰ ਸਾੜ ਕੇ ਸਾਹ ਕ ਲਵੇਗੀ ਹਾਲਤ ਇਹ ਹੋ ਗਈ ਕਿ ਸੁਪਨਿਆਂ ਦੀ ਥਾਂ ਹੁਣ ਜਾਗਦਿਆਂ ਵੀ ਉਹਨੂੰ ਇਹ ਸਮੱਸਿਆ ਆਈ ਤੇ ਇਸ ਸਮੱਸਿਆ ਦੇ ਨਾਲ ਉਹ ਉਲਟਿਆ ਰਹਿੰਦਾ ਪਤਾ ਨਹੀਂ ਕਿਉਂ ਉਸ ਸੰਤੋ ਨੂੰ ਹੁਣ ਚੋਹ ਆਖ ਨਾਲ ਵੇਖਣ ਲੱਗ ਪਿਆ ਸੰਤੋ ਉਸ ਤੋਂ ਘੁੰਡਾ ਕੱਢਦੀ ਸੀ ਪਰ ਇੱਕ ਘੁੰਡਾ ਐਵੇਂ ਨਾ ਆਦਾ ਹੀ ਸੀ ਉਹਨੇ ਸੰਤੋ ਦਾ ਚਿਹਰਾ ਮੋਹਰਾ ਅੱਗੇ ਵੀ 100 ਵਾਰੀ ਦੇਖਿਆ ਹੋਇਆ ਸੀ ਪਰ ਉਸ ਚਿਹਰੇ ਮੋਹਰੇ ਵਿੱਚ ਗੱਲ ਕੋਈ ਹੋਰ ਸੀ ਇਹ ਬਿਮਾਰੀ ਸੱਤ ਜਾਣਿਓ ਵਾਤੀ ਵਾਤੀ ਕਾਫੀ ਵਧ ਗਈ ਅੱਗ ਦੇ ਭਾਂਬੜਾ ਨੇ ਗੰਜੂ ਨੂੰ ਆਪਣੀ ਲਪੇਟ 'ਚ ਲੈ ਰਿਆ। ਸਿਆਲਾਂ ਦੀ ਇੱਕ ਰਾਤ ਨੂੰ ਜਦੋਂ ਸੱਜਣ ਸਿਰੀ ਨਾਲ ਟਾਲੀ ਵਾਲੇ ਖੇਤ ਪਾਣੀ ਲਾਉਣ ਗਿਆ ਗੱਜੂ ਆਪਣੇ ਆਪ ਨਾਲ ਘੁੜਦਾ ਘੁੜਦਾ ਸੰਤੋ ਦੀ ਮੰਜੀ ਤੇ ਆ ਕੇ ਬਹਿ ਗਿਆ। ਕੰਬਦੇ ਹੱਥਾਂ ਨਾਲ ਉਹਨੇ ਸੰਤੋ ਦੀ ਬਾਹ ਨੂੰ ਹਲੁਣਿਆ। ਸੰਤ ਉਤਰਬ ਕੇ ਉੱઠી ਜਿਵੇਂ ਕਿਸੇ ਸੁਪਨੇ ਵਿੱਚੋਂ ਜਾਗੀ ਹੋਵੇ। ਗੱਜੂ ਨੂੰ ਆਪਣੇ ਮੰਜੇ ਤੇ ਬੈਠਾ ਦੇਖ ਕੇ ਜਿਵੇਂ ਉਸ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ। ਇੱਕ ਵਾਰ ਤਾਂ ਉਸਤਾਦ ਸੱਜਣ ਨੂੰ ਝੋਲਾ ਵੀ ਪਿਆ ਪਰ ਰਾਤ ਦੇ ਹਨੇਰੇ ਵਿੱਚ ਉਹ ਗੱਜੂ ਦੀ ਬੁਜੀ ਹੋਈ ਅੱਖ ਨੂੰ ਪਛਾਣ ਗਈ ਉਹ ਅੰਦਰੋਂ ਜਿਵੇਂ ਕੋਈ ਸੁੱਤੀ ਹੋਈ ਬਗਿਹੜੀ ਜਾਗੀ ਹੋਵੇ ਉਹ ਗੱਜੂ ਤੇ ਝੱਪਟਣ ਵਾਲੀ ਸੀ ਤੇ ਉਸਦੀ ਤਰੀਮਤ ਸੂਝ ਬੋਲ ਪਈ ਸੰਤੋ ਬੰਦੀਏ ਕੁਝ ਹੋਸ਼ ਕਰ ਸਾਰੀ ਸ਼ਕਤੀ ਇਕੱਠੀ ਕਰਕੇ ਉਸਨੇ ਆਪਣਾ ਗੁੱਸਾ ਕਾਬੂ ਕੀਤਾ ਤੇ ਬੋਲੀ ਗੱਜਣਾ ਜੇ ਬੰਦੇ ਦਾ ਪੁੱਤ ਹੈ ਤਾਂ ਹੁਣੇ ਉੱਠ ਖੜ ਮੇਰੇ ਬੰਚੇ ਤੋ ਗੱਜੂ ਦੇ ਸਿਰ ਉੱਤੇ ਜਿਵੇਂ ਕੋਤਰ ਸੌ ਘੜਾ ਪਾਣੀ ਦਾ ਡੁੱਲ ਗਿਆ ਹੋਵੇ ਸੰਤੋ ਨੂੰ ਵੀ ਉਹ ਇੱਕ ਸ਼ਬਦ ਨਾ ਕਹਿ ਸਕਿਆ ਆਪਣੀ ਬਰਫ ਹੋਈ ਦੇਹ ਨੂੰ ਕਸੀਟ ਦਾ ਕਸੀਟ ਦਾ ਆਪਣੇ ਮੰਜੇ ਤੇ ਝੜ ਗਿਆ ਸਾਰੀ ਰਾਤ ਚਲੀ ਗਈ ਉਹ ਛੱਤ ਦੀਆਂ ਛਤੀਰੀਆਂ ਦੇਖਦਾ ਰਿਹਾ ਜਦੋਂ ਨੀਂਦ ਆਈ ਤਾਂ ਸੁਪਨੇ ਵੀ ਆਏ ਸੁਪਨੇ ਜਿਨ੍ਹਾਂ ਵਿੱਚ ਘੋੜਿਆਂ ਤੇ ਚੜੀਆਂ ਤੀਵੀਆਂ ਉਹਦੀ ਹਿੱਕ ਤੋਂ ਦੀ ਦਗੜ 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 ਕੋੜੇ ਤੇ ਬੱਲੀ ਜਾ ਰਹੀਆਂ ਸੀ ਇਸ ਘਟਨਾ ਤੋਂ ਬਾਅਦ ਗੱਜੂ ਬਾਹਰ ਲੈ ਕੇ ਸੌਣ ਲੱਗ ਪਿਆ ਇਸ ਘਟਨਾ ਤੋਂ ਬਾਅਦ ਗੱਜੂ ਮਰਜ਼ੀ ਨਾਲ ਕੋਈ ਕੰਮ ਕਰਦਾ ਮਰਜ਼ੀ ਨਾਲ ਨਾ ਕਰਦਾ ਗੱਜੂ ਨੂੰ ਕੋਈ ਤੋੜ ਜੀ ਲੱਗੀ ਰਹਿੰਦੀ ਤੋ ਇਸ ਤੋੜ ਨੂੰ ਕੰਡਾ ਖਾ ਕੇ ਤੋੜਨ ਦੀ ਕੋਸ਼ਿਸ਼ ਵੀ ਕਰਦਾ ਇਸ ਘਟਨਾ ਤੋਂ ਬਾਅਦ ਗੱਜੂ ਦਾ ਨੰਦ ਬੰਗਾਲੀ ਕੋਲ ਉੱਠਣ ਬਹਿਣ ਹੋ ਗਿਆ ਤੇ ਗੱਜੂ ਨੇ ਮੁਰਦੀ ਟੀਮੀ ਲਿਆਉਣ ਦਾ ਆਖਰ ਫੈਸਲਾ ਕਰਕੇ ਆਪਣੇ ਛੋਟੇ ਭਰਾ ਨੂੰ 100 ਦੀ ਇੱਕ ਸੁਣਾ ਦਿੱਤੀ ਮੇਰੇ ਹਿੱਸੇ ਦੀ ਜ਼ਮੀਨ ਵਣਦੇਈ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਜਦੋਂ ਕੋਈ ਵੀ ਹੀਲਾ ਲੋਟ ਨਾ ਆਇਆ ਤਾਂ ਅਖੀਰ ਸੱਜਣੇ ਹਥਿਆਰ ਸੋਟੀ ਦਿੱਤੇ ਚੰਗਾ ਬਰਾਵਾ ਜਿਵੇਂ ਤੇਰੀ ਮਰਜ਼ੀ ਐ ਭਵੇਂ ਕਰ ਲੈਨੇ ਆ ਜ਼ਮੀਰ ਵਿੱਚ ਤੇਰਾ ਤਾਂ ਐ ਪਰ ਸੋਨੂ ਵੜ ਲਾਂਗੇ ਪੰਚਾਇਤ ਕਾ ਨੂੰ ਪਾਉਣੀਆਂ ਵਿਚਾਲੇ ਐਵੇਂ ਕੋਈ ਕੋਸ਼ਾਖੂ ਕੋਈ ਕੋਸ਼ ਮੈਂ ਅੱਜ ਜਾ ਕੇ ਕੱਲ ਨੂੰ ਮਾਮੇ ਨੂੰ ਲੈ ਕੇ ਆਉਣਾ ਘਰ ਦੀ ਗੱਲ ਘਰ ਚ ਨੇ ਵੜ ਜੂ ਸੱਜਣ ਤਾਂ ਐਨੀ ਕਹਿ ਕੇ ਨਾਨਕੀ ਮਾਮੇ ਨੂੰ ਲੈਣ ਚਲਾ ਗਿਆ ਪਰਸੰਤੋ ਸੰਤੂ ਆਪਣੇ ਆਪ ਨਾਲ ਉਲਝਦੀ ਰਹੀ। ਸੱਚੀ ਗੱਲ ਤਾਂ ਇਹ ਐ ਕਿ ਸੰਤੂ ਇਹ ਗੱਲ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦੀ ਕਿ ਗੱਜੂ ਤੀਵੀਂ ਸੱਚਮੁੱਚ ਹੀ ਲੈ ਆ ਸਕਦਾ ਹੈ। ਭਿੰਕਤਾ ਉਹਨੂੰ ਮਹੀਨਾ ਕ ਪਹਿਲਾਂ ਹੀ ਪੈ ਗਈ ਸੀ ਜਦੋਂ ਗੱਜੂ ਨੰਦ ਬੰਗਾਲੀ ਕੋਲ ਜਾਣ ਆਉਣ ਲੱਗ ਪਿਆ ਸੀ। ਪਰ ਉਹ ਸੋਚਦੀ ਸੀ ਐਵੇਂ 2-4 ਦਿਨ ਦਾ ਇਹਦਾ ਪਾਗਲਪਣਾ ਹੈ। ਆਪੇ ਠੀਕ ਹੋ ਜੂ। ਪਰ ਉਹਨੂੰ ਕੋਈ ਪਤਾ ਸੀ ਗੱਜੂ ਆਪਣੀ ਹਿੰਦ ਨੂੰ ਇੰਨੀ ਦੂਰ ਤੱਕ ਲੈ ਕੇ ਜਾਊਗਾ। ਹੁਣ ਜਦੋਂ ਗੱਲ ਜ਼ਮੀਨ ਵੰਡਣ ਤੇ ਆ ਪਹੁੰਚੀ ਤਾਂ ਸੰਤੋ ਨੂੰ ਲੱਗਿਆ ਉਹਦਾ ਤਾਂ ਬਣਿਆ ਬਣਾਇਆ ਘੱਟ ਐ ਢੇਰੀ ਹੋਣ ਲੱਗਿਆ ਅੱਠਾਂ ਵਿੱਚੋਂ 4 ਕਿੱਲੇ ਤਾਂ ਗੱਜੂ ਲੈ ਜੂ ਤੇ ਉਹਦੇ ਉਹਦੇ ਦੋ ਪੁੱਤਾਂ ਦੇ ਪੱਲੇ ਕੀ ਪਊ ਅੱਗ ਤੇ ਸੁਆਹ 4 ਕਿੱਲੇ ਨੂੰ ਤਾਂ ਕਿਸੇ ਨੇ ਧੀ ਵਾਲੇ ਨੇ ਇੱਧਰ ਸਾਡੇ ਵਾਲੇ ਘਰ ਪਾਸੇ ਮੂੰਹ ਵੀ ਨਹੀਂ ਕਰਨਾ ਤੇ ਇੱਕ ਨੂੰ ਤਾਂ ਫਿਰ ਦੋਈ ਆਏ ਫਿਰ ਉਹ ਨੁੱਪੁੱਤਿਆਂ ਦੀ ਪਤਾ ਨਹੀਂ ਕਿਹੋ ਜਿਹੀ ਘਰ ਦੀ ਹੋ ਕਿਸੇ ਮਾੜੀ ਢੀੜੀ ਲਾਦ ਮੇਰੇ ਪੁੱਤਾਂ ਦੀ ਸ਼ਰੀਕ ਬਣੋ ਸ਼ਰੀਕੀ ਦਾ ਦਾਗ ਆਪ ਨੂੰ ਕਿਹੜਾ ਨਹੀਂ ਲੱਗੂ ਮੈਂ ਵੀ ਐਵੇਂ ਜਿੱਦ ਜਿੱਦ ਤੇ ਚ ਸਾਰੀ ਖੇਡ ਵਿਗਾੜ ਬੈਠੀ ਕੋਈ ਬਗਾਨਾ ਤਾਂ ਨਹੀਂ ਸੀ ਸੱਜਣ ਦਾ ਭਾਈੂ ਐ ਉਹ ਵੀ ਤੀਮੀਆਂ ਨੇ ਜਿਹੜੀਆਂ ਸੱਤ ਬਗਾਨਿਆਂ ਨਾਲ ਜਾ ਕੇ ਖੇ ਖਾਂਦੀਆਂ ਨੇ ਇਹ ਤਾਂ ਫੇਰ ਘਰ ਦੀ ਗੱਲ ਕਰ ਚਾਏ ਨਾਲੇ ਮਾੜੀ ਗੱਲ ਤਾਂ ਤਾਂ ਹੋਵੇ ਜੇ ਘਰ ਦਾ ਬੰਦਾ ਬੁਰੀ ਮੰਨਦਾ ਹੋਵੇ ਸੱਜਣ ਤਾਂ ਆਪ ਕਈ ਵਾਰ ਆਨੀ ਬਹਾਨੀ ਕਹਿ ਬੈਠਿਆ ਜਾ ਨਹੀਂ ਸੰਤੋਖ ਮਲੀਏ ਆਪਣੇ ਹੱਥੀ ਆਪਣੀ ਖੇਡ ਆਪ ਹੀ ਵਿਗਾੜੀ ਜਾਨੀ ਐ ਜੱਗ ਵਿੱਚ ਤੈਨੂੰ ਕੌਣ ਸਿਆਣੀ ਆਖੂ ਆਪਣੇ ਆਪ ਨਾਲ ਗੱਲਾਂ ਕਰਦੀ ਰਹੀ ਸੋਚਦੀ ਸੋਚਦੀ ਸੰਤੋ ਨੂੰ ਰਾਤ ਪੈ ਗਈ ਉਹ ਰੋਟੀ ਦਾ ਰਾੜਾ ਵੀੜਾ ਕਰਕੇ ਉਸਨੇ ਗੜਬੀ ਚੁੱਕੀ ਤੇ ਪੰਪ ਤੋਂ ਪਾਣੀ ਭਰ ਲਿਆ ਕੱਲੀ ਹੀ ਬਾਹਰ ਕੰਨੀ ਹੋ ਪਈ ਮੁੜਦੀ ਹੋਈ ਬੇਤੜਕੋ ਕੇ ਬਾਹਰਲੇ ਘਰ ਜਾਵੜੀ ਗੱਜੂ ਮੰਜੇ ਤੇ ਪਿਆ ਖੌਂ ਖੌਂ ਕਰ ਰਿਹਾ ਸੀ ਉਹਦੇ ਮੰਜੇ ਦੀ ਬਾਹੀ ਤੇ ਬਹਿ ਕੇ ਉਹ ਪਰਛਾਈਆਂ ਵਾਲੇ ਮਿੱਠੇ ਅੰਦਾਜ਼ ਚ ਬੋਲੀ ਮਖਾਂ ਸੌ ਗਿਆ ਮਿੱਠੂ ਦੇ ਤਾਇਆ ਦੂਜੇ ਦਿਨ ਜਦੋਂ ਸੱਜਣ ਆਪਣੇ ਮਾਮੇ ਨੂੰ ਲੈ ਕੇ ਮੁੜਿਆ ਤਾਂ ਸੰਤੋ ਨੇ ਉਸ ਨੂੰ ਅੰਦਰ ਲਾ ਕੇ ਕਿਹਾ ਸਾਰਾ ਕੁਝ ਠੀਕ ਠਾਕ ਹੋ ਗਿਆ ਮੈਂ ਡੰਮਾਈ ਸਾਂ ਰਾਤ ਕਾਣੇ ਬਹਿੜਦਾ ਮੱਥਾ ਸੁਣ ਕੇ ਸੱਜਣ ਨੂੰ ਜਿਵੇਂ ਪਹਿਲੇ ਤੋੜ ਦੀ दारू ਵਰਗਾ ਨਸ਼ਾ ਆ ਗਿਆ ਹੋਵੇ ਔਏ ਨਈ ਰੀਸਾਂ ਬਸੰਤ ਕਰੇ ਤੇਰੀਆਂ ਕਹਿ ਕੇ ਉਸ ਨੇ ਸੰਤੋ ਨੂੰ ਜੱਫੀ ਵਿੱਚ ਪਾ ਕੇ ਇੱਕ ਵਾਰੀ ਨਹੀਂ 100 ਵਾਰੀ ਆਪਣੀ ਜੱਫੀ ਵਿੱਚ ਘੁੱਟਿਆ ਤੇ ਚੁੰਮਿਆ ਦੋਸਤੋ اے ਸੀ ਅੱਜ ਦੀ ਕਹਾਣੀ ਪੁਰਾਣੇ ਵੇਲਿਆਂ ਦਾ ਇੱਕ ਤੌੜਾ ਸੱਚ ਮੰਜੇ ਦੀ ਬਾਹੀ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰੱਖਾ